ਬਿਸਮਿਲ੍ਲਾਹਿ ਰਹਿਮਾਨ ਰਹੀਮ ਮੈਨੂੰ ਵੇਖਣ ਵਾਲੇ ਸਾਰੇ ਦੋਸਤਾਂ ਨੂੰ ਜਿਹੜੇ ਸੁਣਨ ਵਾਲੇ ਨੇ ਉਹ ਸਾਰੇ ਦੋਸਤਾਂ ਨੂੰ ਅਸਲਾਮ ਅਲੈਕੁਮ। ਇੱਟ ਖੜਕੇ ਦੁੱਕੜ ਵੱਜੇ ਤੇ ਤੱਤਾ ਹੋਵੇ ਚੁੱਲ੍ਹਾ, ਆਨ ਫਕੀਰ ਤੇ ਕਾਕਾ ਜਾਵਨ ਤੇ ਰਾਜ਼ੀ ਹੋਵੇ ਪੁੱਲਾ। ਅੱਜ ਦਾ ਮੇਰਾ ਪ੍ਰੋਗਰਾਮ ਸੀ ਕਿ ਮੈਂ ਅਮਰੂਦ ਤੇ ਵੀਲੋਗ ਕਰਾਂ, ਪਰ ਇੱਕ ਮੇਰੀ ਬੱਚੀ ਮੇਰੇ ਕੋਲ ਆਈ, ਉਹਨੇ ਕਿਹਾ ਬਾਬਾ ਤੇਰਾ ਵੀਲੋਗ ਵੇਖਿਆ, ਅਸੀਂ ਤੇਰੀ ਵੀਡੀਓ ਵੇਖੀ ਹੈ, ਮੇਰੀ ਬੱਚੀ ਹੈ ਐਡੇ ਮੋਟੇ ਸ਼ੀਸ਼ਿਆਂ ਦੀ ਐਨਕ ਲੱਗੀ ਹੈ, ਤੇ ਤੂੰ ਕਹਿੰਦਾ ਅਮਰੂਦ ਆਪਣਾ ਇਹਨੂੰ ਬਦਾਮ ਖਵਾਓ। ਅਸੀਂ ਗਰੀਬ ਆਦਮੀ ਹਾਂ, ਸਾਡੀ ਰਾਤ ਨੂੰ ਰੋਟੀ ਨਹੀਂ ਪੂਰੀ ਹੁੰਦੀ, ਬਦਾਮ ਕਿੱਥੋਂ ਖਵਾਈਏ ਅਸੀਂ? ਰੰਗ ਵੀ ਇਹਦਾ ਕਹਿੰਦੇ ਵੀ ਇਹਨਾਂ ਦੀ ਸ਼ਾਦੀ ਦਾ ਵੀ ਸਾਡੇ ਲਈ ਬੜਾ ਮਸਲਾ, ਉਹ ਸਾਨੂੰ ਇਹੋ ਜਿਹਾ ਦੱਸ ਵੀ ਜਿਹੜਾ ਸਾਡਾ ਘਰ 'ਚ ਸੌਦ ਹੈ, ਸਾਨੂੰ ਇਸ ਤਰੀਕੇ ਨਾਲ ਸਾਡਾ ਘਰ ਅਤੇ ਸਾਡੇ ਜਿਹੜੀਆਂ ਜਿੱਥੋਂ ਦੀਆਂ ਚੀਜ਼ਾਂ ਲੈ ਕੇ ਬੱਚੀ ਦੀ ਕੋਈ ਨਜ਼ਰ ਵੀ ਠੀਕ ਹੋ ਜਾਏ, ਬੱਚੀ ਦਾ ਜਿਹੜਾ ਨਾ ਉਹ ਆਪਣਾ ਰੰਗ ਵੀ ਸਾਫ਼ ਹੋ ਜਾਏ। ਉਹ ਫਿਰ ਮੈਂ ਹੁਣ ਕਿਹਾ ਪੁੱਤਰ ਤੂੰ ਅੱਜ ਮੇਰੀ ਜਾ ਕੇ ਅਤੇ ਵੀਡੀਓ ਵੇਖੀ, ਮੈਂ ਅੱਜ ਇਹਦੇ ਲਈ ਕਰ ਦਿਆਂਗਾ, ਅਮਰੂਦ ਦਾ ਕੱਲ੍ਹ ਕਰ ਦਿਆਂਗਾ। ਤੋ ਅੱਜ ਮੈਂ ਤੁਹਾਨੂੰ ਦੱਸਣ ਲੱਗਾ ਕਿ ਸਾਡੇ ਆਮ ਇਲਾਕੇ ਦੇ ਵਿੱਚ ਪਿੰਡੀ ਤੋਰੀ ਹੁੰਦੀ ਹੈ, ਦੇਸੀ ਤੋਰੀ ਹੁੰਦੀ ਹੈ, ਘੀਆ ਤੋਰੀ ਹੁੰਦੀ, ਉਹਦੇ 'ਤੇ ਮੈਂ ਵੀਡੀਓ ਕਰਨ ਲੱਗਾ। ਉਹਦੇ ਫਾਇਦੇ ਤੁਸੀਂ ਵੇਖ ਰਹੇ ਨੇ ਅਤੇ ਆਪਣੇ ਰਿਸਰਚ ਕਰ ਲੈਣਾ, ਤੁਹਾਨੂੰ ਪਤਾ ਲੱਗ ਜਾਏਗਾ ਕਿ ਉਹਦੇ ਕੀ ਫਾਇਦੇ ਨੇ। ਮੈਂ ਤਾਂ ਸਿਰਫ ਉਹ ਦੋ ਚਾਰ ਚੀਜ਼ਾਂ ਤੁਹਾਨੂੰ ਦੱਸਾਂਗਾ, ਪਤਾ ਨਹੀਂ ਤੁਹਾਨੂੰ ਅੱਗੇ ਪਤਾ ਹੈ ਕਿ ਨਹੀਂ ਪਤਾ, ਪਰ ਮੈਂ ਆਪਣੇ ਤਜਰਬੇ ਨਾਲ ਜਿਹੜੀਆਂ ਚੀਜ਼ਾਂ ਮੇਰੇ ਤਜਰਬੇ 'ਚ ਨੇ ਹੋਰ ਮੈਂ ਤੁਹਾਨੂੰ ਦੱਸ ਰਿਹਾ। ਜਿਨ੍ਹਾਂ ਦੇ ਖਾਸ ਕਰਕੇ ਨਜ਼ਰ ਦੀ ਕਮਜ਼ੋਰੀ, ਜਿਨ੍ਹਾਂ ਦਾ ਰੰਗ ਸਾਂਵਲਾ, ਉਹਨਾਂ ਕੀ ਕਰਨਾ? ਉਹਨਾਂ ਸਿਰਫ ਦੋ ਪਿੰਡੀ ਤੋਰੀਆਂ ਲੈਣੀਆਂ ਨੇ, ਉਹਨਾਂ ਨੂੰ ਚੀਰ ਲੈਣਾ ਹੈ, ਲੰਬਾ ਲੰਬਾ ਚੀਰ ਕੇ ਪਿੰਡੀ ਤੋਰੇ ਦੇ ਪੱਤੇ, ਪਹਿਲੇ ਨੰਬਰ 'ਤੇ ਸੁਣ ਲਓ ਕਿ ਅੱਜ ਕੱਲ੍ਹ ਜੋ ਵੀ ਸਬਜ਼ੀ ਹੈ ਨਾ, ਉਹਦੇ 'ਚ ਜ਼ਹਿਰੀਲੇ ਮਾਦਿਆਂ ਦਾ ਸਪਰੇਅ ਕਰਦੇ ਨੇ, ਉਹਨਾਂ ਨੂੰ ਪਹਿਲਾਂ ਚੰਗੀ ਤਰ੍ਹਾਂ ਧੋਣਾ, ਉਹਨਾਂ ਨੂੰ ਸਾਫ਼ ਕਰ ਲਓ, ਦੋ ਚਾਰ ਵਾਰੀ ਧੋ ਲਓ, ਤਾਂ ਕਿ ਉਹਦੇ ਜਿਹੜੇ ਜ਼ਹਿਰੀਲੇ ਮਾਦੇ ਨੇ ਉਹਦੇ ਉਹ ਖਤਮ ਹੋ ਜਾਣ। ਹੁੰਦਾ ਕਿ ਇਹ ਰਾਤ ਨੂੰ ਸਪਰੇਅ ਕਰਦੇ ਨੇ ਅਤੇ ਸਵੇਰੇ ਉਹਨੂੰ ਤੋੜੇ ਉਹਨੂੰ ਬੰਨ੍ਹਦੇ ਨੇ, ਡੰਡਾ ਮੰਡੀ ਲੈ ਜਾਂਦੇ। ਇਹ ਬਹੁਤ ਜ਼ਰੂਰੀ ਤੁਹਾਡੇ ਵਾਸਤੇ, ਦੋ ਤੋਰੀਆਂ ਉਹਨਾਂ ਨੂੰ ਪਹਿਲਾਂ ਚੰਗੀ ਤਰ੍ਹਾਂ ਧੋ ਲਓ, ਧੋ ਕੇ ਉਹਨਾਂ ਨੂੰ ਚੀਰ ਲਓ, ਚੀਰ ਕੇ ਇਹ ਕੁੱਜਾ ਲਵੋ, ਉਹਦੇ ਪਿੰਡੀ ਤੋਰੀ ਦੇ ਪੱਤਾ ਤੋੜੋ ਚੰਗੀ ਤਰ੍ਹਾਂ, ਉਹਨਾਂ ਨੂੰ ਉਹਦੇ 'ਚ ਰੱਖੋ, ਉਹ ਵੀ ਰੱਖ ਦਿਓ ਤਰੇਲ 'ਚ ਬਾਹਰ ਪਈਆਂ, ਸੁਬਹਾ ਉਹਨਾਂ ਨੂੰ ਫੜੋ, ਉਹਨਾਂ ਨੂੰ ਇੱਕ ਕੱਪੜਾ ਲੈ ਕੇ ਉਹਦੇ ਵਿੱਚ ਰੱਖ ਲਓ ਕੱਪੜੇ ਦੇ ਵਿੱਚ, ਅਤੇ ਉਹਨਾਂ ਨੂੰ ਚੰਗੀ ਤਰ੍ਹਾਂ ਨਚੋੜ ਲਓ। ਜਿਸ ਵੇਲੇ ਨਚੋੜ ਲਓਗੇ, ਜਿਹੜਾ ਤੁਹਾਡੇ ਕੋਲ ਪਾਣੀ ਗਲਾਸ 'ਚ ਬਣੇਗਾ, ਘੁੱਟ ਦੋ ਘੁੱਟ ਬਣੇਗਾ ਆਉਂਦਾ, ਉਹਨੂੰ ਤੁਸੀਂ ਪੀ ਲਓ ਸੁਬਹਾ ਨਿਹਾਰ। ਬੜਾ ਸੌਖਾ ਕੰਮ ਹੈ, ਹਰ ਬੰਦਾ ਕਰ ਸਕਦਾ, ਹਰ ਮੇਰੀ ਬੱਚੀ ਕਰ ਸਕਦੀ ਹੈ, ਉਹਦੇ 'ਚ ਕੋਈ ਮੰਤਰ ਨਹੀਂ, ਕੋਈ ਮੁਸ਼ਕਲ ਨਹੀਂ। ਔਰ ਅੱਲਾਹ ਦੇ ਹੁਕਮ ਦੇ ਨਾਲ ਸਿਰਫ 14 ਦਿਨ ਕਰੋ, ਸਿਰਫ 14 ਦਿਨ ਕਰੋ, ਉਸ ਤੋਂ ਬਾਅਦ ਮਹੀਨੇ 'ਚ ਦੋ ਵਾਰੀ ਤਿੰਨ ਵਾਰੀ ਕਰ ਲੈਣਾ ਕਰਨਾ, ਇਹਦੇ ਨਾਲ ਕੀ ਹੋਵੇਗਾ, ਨਜ਼ਰ ਤੁਹਾਡੀ ਬਿਹਤਰ ਹੋ ਜਾਏਗੀ, ਜ਼ਿਹਨ ਫਰੈਸ਼ ਹੋ ਜਾਏਗਾ। ਅਤੇ ਜਿਹੜੇ ਅੱਜ ਬੀਬੀ ਆਈ ਵਿਚਾਰੀ, ਉਹ ਕਹਿੰਦੀ ਸਾਡੇ ਤਾਂ ਰੋਟੀ ਨਹੀਂ ਪੂਰੀ ਹੁੰਦੀ, ਅਸੀਂ ਬਦਾਮ ਕਿੱਥੋਂ ਖਾਈਏ, ਸੌਂਕ ਆਪਣਾ ਦੋ ਕਹਿੰਦਾ ਸੌਂਕ ਬਾਬਾ ਖਾ ਤੇ ਬਦਾਮ ਖਾ ਤੇ ਦੁੱਧ ਪੀ, ਸੱਤ ਰਾਤ ਰੋਟੀ ਦਾ ਫਿਕਰ ਪਿਆ। ਮੈਂ ਸਾਰੇ ਜਿਹੜੇ ਸਾਹਿਬੇ ਸੇਲ ਲੋਕ ਨੇ ਉਹਨਾਂ ਨੂੰ ਅੱਗੇ ਮਿੰਨਤ ਕਰਨਾ, ਆਪਣੇ ਇਰਦ ਗਿਰਦ ਗਰੀਬਾਂ ਦਾ ਖਿਆਲ ਰੱਖੋ, ਉਹਨਾਂ ਨੂੰ ਜਿੰਨਾ ਵੀ ਹੋ ਸਕੇ ਆਂਢ ਗੁਆਂਢ ਖਿਆਲ ਰੱਖੋ ਉਹਨਾਂ ਦਾ। ਜਿਹੜੇ ਮੇਰੇ ਵੀਡੀਓ ਵੇਖ ਕੇ ਉਹਦੇ ਤੋਂ ਕੋਈ ਫਾਇਦਾ ਉਠਾ ਰਹੇ ਹਨ, ਤਾਂ ਉਹ ਇਵੇਂ ਹੀ ਸਮਝੋ ਵੀ ਡਾਕਟਰ ਦੀ ਫੀਸਾਂ ਦਵਾਈਆਂ ਤੋਂ ਬਚ ਗਏ, ਉਹ ਅਸੀਂ ਕਿਸੇ ਮਰੀਜ਼ ਨੂੰ ਆਪਣਾ ਗਰੀਬ ਨੂੰ ਦੇ ਦਿੰਦੇ ਹਾਂ, ਉਹੀ ਤੇ ਕੱਪੜੇ ਬਣਾ ਲੈਗਾ, ਉਹ ਆਪਣਾ ਕੋਈ ਬੱਚੇ ਦੇ ਕਿਤਾਬਾਂ ਲੈ ਲੈਗਾ। ਇਹਦਾ ਫਾਇਦਾ ਕਦੋਂ ਹੋਵੇਗਾ? ਆਖਰ ਅੱਲਾ ਤੁਹਾਨੂੰ ਮੈਨੂੰ ਸਾਰਿਆਂ ਆਪਣੇ ਇਸ ਮਾਂ 'ਚ ਰੱਖੇ।
ਤੇ ਆਪਣੇ ਗਿਰਦਵਾਲ ਸਾਰਿਆਂ ਦਾ ਖਿਆਲ ਰੱਖੋ। ਅੱਲਾਹ ਇਜ਼ਾਦ ਮੇਰੀ ਤੁਹਾਡੀ ਸਾਰਿਆਂ ਦੀ ਆਫਤ ਸਹੀ ਕਰੇ। ਆਮੀਨ ਸੁਮਾਨ। ਅਸਲਾਮ ਅਲੈਕੁਮ।